ਅਸਲਾਮ ਅਲਿਕੁਮ ਪਿਆਰੇ ਦੋਸਤੋ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਇੱਕ ਲੈਜੈਂਡ ਸਿੰਗਰ ਜਨਾਬ ਤਾਹਿਰ ਮਮੂਨ ਨૈયਰ ਸਾਹਿਬ ਦੇ ਬਾਰੇ ਜਿ ਉਹਨਾਂ ਦੇ 2023 ਦੇ ਵਿੱਚ ਕਿਹੜੇ ਕਿਹੜੇ ਖੂਬਸੂਰਤ ਗੀਤ ਰਿਲੀਜ਼ ਕੀਤੇ ਗਏ ਉਹਨਾਂ ਗੀਤਾਂ ਦਾ ਮੁਕੰਮਲ ਜ਼ਿਕਰ ਕਰਾਂਗੇ ਅੱਜ ਦੀ ਵੀਡੀਓ ਚ ਇਸ ਲਈ ਸਾਡੇ ਚੈਨਲ ਦੇਸੀ 뮤직 ਮੀਡੀਆ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਿਓ ਸਭ ਤੋਂ ਪਹਿਲੇ ਅਸੀਂ ਜਿਸ ਗੀਤ ਦਾ ਜ਼ਿਕਰ ਕਰਾਂਗੇ ਇਸ ਗੀਤ ਦੇ ਬੋਲ ਨੇ ਜੀ ਮੁਸਾਫਿਰ ਸ਼ਾਮਾਂ ਦੇ ਵੇਲੇ ਇਸ ਗੀਤ ਨੂੰ 19 ਅਪ੍ਰੈਲ 2023 Eid ul Fitr ਦੇ ਮੌਕੇ ਤੇ ਰਿਲੀਜ਼ ਕੀਤਾ ਗਿਆ ਸੀ। ਅਗਲਾ ਗੀਤ ਹੈ ਜੀ ਕਟੋਰਾ ਲੱਸੀ ਵਾਲਾ। ਇਸ ਗੀਤ ਦੇ ਵਿੱਚ ਪਾਕਿਸਤਾਨ ਦਾ ਪੰਜਾਬੀ ਕਲਚਰ ਦਿਖਾਇਆ ਗਿਆ ਹੈ। ਜਿਸ ਤਰ੍ਹਾਂ ਨਾਜ਼ਰੀਨ ਬਾ ਕਮਾਲ ਇਹ ਗੀਤ ਹੈ ਇਸੇ ਤਰ੍ਹਾਂ ਇਸ ਦੀ ਖੂਬਸੂਰਤ ਪਿਆਰੀ ਵੀਡੀਓ ਬਣਾਈ ਗਈ ਹੈ। ਇਸ ਗੀਤ ਨੂੰ ਨਾਜ਼ਰੀਨ 28 ਅਪ੍ਰੈਲ 1993 ਨੂੰ ਤਾਇਰ ਮਮੂਨ ਨૈયਰ ਸਾਹਿਬ ਦੇ ਆਪਣੇ ਅਫੀਸ਼ੀਅਲ YouTube ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਨੈਕਸਟ ਗੀਤ ਦਾ ਜ਼ਿਕਰ ਕਰਾਂਗੇ ਇਸ ਗੀਤ ਦੀ ਕੰਪੋਜੀਸ਼ਨ ਬਹੁਤ ਹੀ ਪਿਆਰੀ ਤੇ ਖੂਬਸੂਰਤ ਹੈ। ਇਸ ਗੀਤ ਦੇ ਬੋਲ ਨੇ ਜੀ ਦੋ ਪਾਸੇ ਰੱਖਣੇ ਢੋਲੇ ਨੂੰ ਹੁਣ ਓਖੇ ਹੋ ਗਏ ਨੇ। ਇਸ ਗੀਤ ਨੂੰ ਤਾਇਰ ਨૈયਰ ਹੋਰ ਆਪਣੇ ਅਫੀਸ਼ੀਅਲ YouTube ਚੈਨਲ 'ਤੇ ਰਿਲੀਜ਼ ਕੀਤਾ ਹੈ। 2 ਜੁਲਾਈ 2023 ਨੂੰ ਨਾਜ਼ਰੀਨ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਸੀ ਨੈਕਸਟ ਗੀਤ ਹੈ ਜੀ ਪਰਦੇਸੀਆਂ ਵਾਸਤੇ ਬਹੁਤ ਹੀ ਪਿਆਰਾ ਤੇ ਖੂਬਸੂਰਤ ਗੀਤ ਤਾਰੇ ਗਿਣਦੀ ਰਹਿੰਦੀਆਂ ਇਸ ਗੀਤ ਨੂੰ ਵੀ ਤੈ ਨਯਰ ਆਪਣੇ ਹੀ ਅਫੀਸ਼ੀਅਲ YouTube ਚੈਨਲ ਤੋਂ ਰਿਲੀਜ਼ ਕੀਤਾ ਹੈ ਇਸ ਗੀਤ ਨੂੰ 3 ਅਗਸਤ 2023 ਨੂੰ ਰਿਲੀਜ਼ ਕੀਤਾ ਗਿਆ ਹੈ ਨੈਕਸਟ ਬਹੁਤ ਹੀ ਖੂਬਸੂਰਤ ਤੇ ਪਿਆਰਾ ਗੀਤ ਹੈ ਜੀ ਜਿਸ ਦਾ ਜ਼ਿਕਰ ਕਰਾਂਗੇ ਕਿਹੜੇ ਵੇਲੇ ਆਵੇਗਾ ਬਹੁਤ ਹੀ ਖੂਬਸੂਰਤ ਕੰਪੋਜੀਸ਼ਨ ਇਸ ਗੀਤ ਦੀ ਤਿਆਰ ਕੀਤੀ ਗਈ ਹੈ ਇਹ ਵਾਲਾ ਗੀਤ 5 ਅਕਤੂਬਰ 2023 ਨੂੰ ਰਿਲੀਜ਼ ਕੀਤਾ ਗਿਆ ਹੈ ਨੈਕਸਟ ਜੋ ਗੀਤ ਹੈ ਜੀ ਇਹ ਰੋਹੀ ਰੰਗ ਪ੍ਰੋਡਕਸ਼ਨ ਤੋਂ ਰਿਲੀਜ਼ ਕੀਤਾ ਗਿਆ ਸੀ ਇਸ ਗੀਤ ਦੇ ਬੋਲ ਨੇ ਹੈ ਕਮਲਾ ਤੇ ਬਣਦੇ ਸਿਆਣਾ 21 ਅਪ੍ਰੈਲ 2023 ਨੂੰ ਨਾਜ਼ਰੀਨ Eid ਦੇ ਮੌਕੇ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਸੀ ਨੈਕਸਟ ਗੀਤ ਹੈ ਜੀ ਯਾਰਾ ਸਜਣਾ ਬਿਨਾ ਮਹਿਫਲਾਂ ਸਜਦੀਆਂ ਨਾ ਦੋਸਤੀ ਦੇ ਮوضوع ਤੇ ਬਣਾਇਆ ਗਿਆ ਗੀਤ ਇਹ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ 28 ਅਕਤੂਬਰ 2023 ਨੂੰ ਨਾਜ਼ਰੀਨ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਲਾਸਟ ਜਿਸ ਗੀਤ ਦਾ ਜ਼ਿਕਰ ਕਰਾਂਗੇ ਜੀ ਪਿੰਡੀ ਦੀਆਂ ਸੜਕਾਂ ਤੇ ਰੋਲ ਦਿੱਤਾ ਹੈ ਇਸ ਗੀਤ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਬਹੁਤ ਵਾਇਰਲ Song ਹੈ ਜੀ ਇਸ ਗੀਤ ਨੂੰ 5 ਮਈ 2023 ਨੂੰ ਰਿਲੀਜ਼ ਕੀਤਾ ਗਿਆ ਸੀ ਟਾਇਰ ਮਮੂਨ ਨૈયਰ ਇੱਕ ਐਕਸੇ ਵਾਇਟ ਸਿੰਗਰ ਨੇ ਜਿਨ੍ਹਾਂ ਦੇ ਗੀਤਾਂ ਨੂੰ ਨਾਜ਼ਰੀਨ ਬੇਸ਼ਮਾਰ ਸਿੰਗਰ ਕਾਪੀ ਵੀ ਕਰਦੇ ਨੇ ਤੇ ਉਹ ਬਹੁਤ ਹੀ ਹਿੱਟ ਹੁੰਦੇ ਨੇ ਦਿਲਾ ਜੇਲਮ ਦੇ ਸ਼ਹਿਰ ਦੀਨਾ ਦੇ ਵਿੱਚ ਪੈਦਾ ਹੋਣ ਵਾਲੇ ਇਸ ਸੁਰੀਲੇ ਸਿੰਗਰ ਜਨਾਬ ਤਾਇਰ ਮਮੂਨ ਨૈયਰ ਸਾਹਿਬ ਜਿਨ੍ਹਾਂ ਨੇ ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਆਪਰਸਾ 35 ਸਾਲ ਤੋਂ ਫਨ-ਏ-ਮουσਿਕੀ ਤੋਂ وابستہ ਨੇ ਆਪ ਨੇ ਇੱਕ ਤੋਂ ਇੱਕ ਸੁਪਰ ਹਿੱਟ ਗੀਤ ਨਾਜ਼ਰੀਨ ਪਾਕਿਸਤਾਨੀ ਆਵਾਮ ਨੂੰ ਸੁਣਨ ਲਈ ਦਿੱਤਾ ਆਪ ਦੇ ਗੀਤਾਂ ਦੇ ਵਿੱਚ ਪਾਕਿਸਤਾਨੀ ਕਲਚਰ ਤੇ ਹਮੇਸ਼ਾ ਪਾਕਿਸਤਾਨ ਦੀ ਗੱਲ ਕੀਤੀ ਜਾਂਦੀ ਹੈ ਪਿਆਰੇ ਨਾਜ਼ਰੀਨ ਤੁਹਾਨੂੰ ਤਾਇਰ ਮਮੂਨ ਨૈયਰ ਸਾਹਿਬ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ ਕਮੈਂਟ ਦੇ ਵਿੱਚ لازਮੀ ਲਿਖਣਾ ਤੇ ਅਗਰ ਇਹ ਵੀਡੀਓ ਅੱਛੀ ਲੱਗੀ ਦੋਸਤਾਂ ਨਾਲ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਕਰੀਆ